ਦਾਸ ਸੁਰਜੀਤ ਹੋਠੀ ਮੇਰੇ ਨਾਲ ਨੇ ਡਾਕਟਰ ਦਲਵੀਰ ਸਿੰਘ ਪੰਨੂ ਪੰਜਾਬੀ ਲੈਬ ਟੀਮ USA ਅੱਜ ਅਸੀਂ ਆਪਣੇ ਅੰਕਲ ਜੀ ਹੋਣਾਂ ਨਾਲ 1947 ਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਜਨਮ ਪਾਕਿਸਤਾਨ ਦਾ ਮੈਂਟਗੋਮਰੀ ਲਾਗੇ ਹੋਇਆ ਸੀ ਅਤੇ ਜੋ ਇਹਨਾਂ ਨਾਲ ਹੱਡ ਬੀਤੀ ਉੱਥੋਂ ਤੁਰ ਲੱਗਿਆ ਅਤੇ ਉੱਥੇ ਪਿੰਡ ਦਾ ਮਾਹੌਲ ਅਤੇ ਕੀ ਪਿਆਰ ਮੁਹੱਬਤ ਸੀ ਆਮ ਜਨਤਾ ਨਾਲ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਅੰਕਲ ਜੀ ਆਪਣਾ ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਮ ਜੀ ਦਿਲਬਾਗ ਸਿੰਘ ਹੈ ਜੀ। ਦਿਲਬਾਗ ਸਿੰਘ ਰੰਧਾਵਾ? ਰੰਧਾਵਾ ਰੰਧਾਵਾ ਜੀ। ਬਾਬਾ ਜੀ ਦਾ ਕੀ ਨਾਮ ਸੀ ਜੀ? ਮੇਰੇ ਬਾਪ ਦਾ ਨਾਮ ਸੀ ਸਰ ਲਕਸ਼ਮਣ ਸਿੰਘ, ਬਾਬਾ ਸੀ ਮੇਰਾ ਸਰ ਸੁੰਦਰ ਸਿੰਘ। ਸ਼੍ਰੀ ਲਕਸ਼ਮਣ ਸਿੰਘ ਅਤੇ ਸੁਰਿੰਦਰ ਸਿੰਘ ਆਪਣੇ ਤੁਹਾਡੇ ਬਾਬਾ ਜੀ ਸੀ ਜੀ? ਹਾਂਜੀ। ਤੁਹਾਡਾ ਜਨਮ ਆਪਣੇ ਪਾਕਿਸਤਾਨ ਹੋਇਆ ਕਿਹੜੀ ਜਗ੍ਹਾ ਹੋਇਆ? ਜਨਮ ਜੀ ਮੈਂ ਮਾਰਚ 1931 ਸੜਕ ਨੰਬਰ 88-12 ਉਖਾਂ ਵਾਲਾ ਬੰਗਲਾ ਤਹਿਸੀਲ ਜ਼ਿਲ੍ਹਾ ਮੈਂਟਗੋਮਰੀ ਆਪਣੇ ਜਿਹਨੂੰ ਅੱਜ ਕੱਲ੍ਹ ਸ਼ਾਹੀਵਾਲ ਕਹਿੰਦੇ ਆ। ਅੱਛਾ, ਆਪਣੇ ਚੱਕ 88-12 ਅਕਾਹ ਵਾਲਾ ਬੰਗਲਾ ਜੀ ਅਤੇ ਮੈਂਟਗੋਮਰੀ ਜ਼ਿਲ੍ਹਾ? ਮੈਂਟਗੋਮਰੀ। ਅੱਛਾ ਜੀ, ਤੁਸੀਂ ਉੱਥੇ ਆਪਣੇ ਹੁਣ ਤੁਹਾਡੀ ਏਜ ਕਿਹੜੀ? 87 ਸਾਲ ਦੇ ਹੋ ਗਏ? ਮੈਂ 87 ਕੰਪਲੀਟ ਕਰ ਲਿਆ ਜੀ। ਮੈਂ ਕੰਪਲੀਟ ਕਰ ਲਿਆ, ਮੁਬਾਰਕਾਂ ਜੀ ਤੁਹਾਨੂੰ ਜੀ। ਹਾਂਜੀ, ਆਪਣੇ ਅੰਕਲ ਤੁਹਾਡੇ ਉੱਥੇ ਪਿੰਡ ਵਿੱਚ ਤੁਸੀਂ ਆਪਣੇ ਕਿੰਨੇ ਕੁ ਮੁਸਲਮਾਨ ਵੀਰ ਸੀਗੇ ਅਤੇ ਕਿੰਨੇ ਸਿੱਖ ਸੀ? ਦੇਖੋ ਜੀ, ਕੋਈ ਸਾਡੇ ਮੁਸਲਮਾਨਾਂ ਦੀ ਜਿਹੜੇ ਪਿੰਡ ਵਿੱਚ ਇੱਕ ਘਰ ਸੀ ਅਲੀ ਮੁਹੰਮਦ ਸਾਹਿਬ ਦਾ, ਉਹਦਾ ਬਾਬੇ ਸਾਨੂੰ ਹਾਜੀ ਸਾਹਿਬ ਕਹਿੰਦੇ ਸੀ। ਅੱਛਾ, ਅਲੀ ਮੁਹੰਮਦ ਹਾਜੀ ਸਾਹਿਬ? ਹਾਜੀ ਉਹ ਵੀ ਸੀ ਜੀ, ਉਹਦਾ ਬਾਪ ਸੀ ਉਹਨੂੰ ਹਾਜੀ ਕਹਿੰਦੇ ਸੀ। ਹਾਂਜੀ, ਬਾਪ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ। ਹਾਂਜੀ, ਬਜ਼ੁਰਗ ਸੀ ਉਹ। ਅੱਛਾ ਅੱਛਾ, ਅਤੇ ਉਹਨਾਂ ਦਾ ਇੱਕ ਬੰਬਾ ਸੀ ਪਿੰਡ 'ਚ, ਅਤੇ ਬਾਕੀ ਕੁਝ ਥੋੜ੍ਹੇ ਜਿਹੜੇ ਪੁਰਾਣੇ ਲੋਕ ਸੀ ਜਿਹਨੂੰ ਇਹ ਲੋਕ ਜਾਂਗਲੀ ਕਹਿੰਦੇ ਸੀ। ਜਾਂਗਲੀ? ਅੱਛਾ ਜੀ, ਉਹਨਾਂ ਦੇ ਕੋਈ ਇਲਾਕੇ, ਉਹਨੇ ਆਬਾਦੀ ਇਲਾਕੇ ਸੀ। ਅੱਛਾ ਜੀ, ਅਤੇ ਤੁਸੀਂ ਆਪਣੇ ਇਹਨੂੰ ਆਪਣੇ ਕੇ ਕਹਿੰਦੇ ਆ ਕਿਹੜੀ ਬਾਰ ਕਹਿੰਦੇ ਇਹਨਾਂ ਨੂੰ ਜੀ? ਇਹਨਾਂ ਦੀ ਬਾਰ ਕਹਿੰਦੇ ਗੰਜੀ ਬਾਰ। ਗੰਜੀ ਬਾਰ, ਇਹ ਕਿੰਨੀਆਂ ਬਾਰਾਂ ਪਾਕਿਸਤਾਨ 'ਚ ਹੋਈਆਂ? ਬਾਰਾਂ ਬਾਰ ਜਿੰਨੀ ਜਾਣਕਾਰੀ ਹੈ ਜੀ, ਇੱਕ ਜਿਹੜਾ ਚਰਾ ਅਤੇ ਰਾਵੀ ਦਾ ਇਲਾਕਾ ਬਚਾਅ, ਹਾਂਜੀ, ਉਹਨੂੰ ਸਾਂਦਲ ਬਾਰ ਜਾਂ ਪੁਰਾਣੀ ਬਾਰ ਵੀ ਕਹਿੰਦੇ ਆ। ਅੱਛਾ ਜੀ, ਅਤੇ ਸਾਡਾ ਉਕਾੜਾ ਮੈਂਟਗੋਮਰੀ ਹੈ ਜਿਹੜੀ ਆ, ਇਹਨੂੰ ਨੀਲੀ ਬਾਰ ਦੀ ਗੰਜੀ ਬਾਰ ਕਹਿੰਦੇ ਆ, ਅਥਲੀਆ ਇਲਾਕਾ ਪਹਾੜ ਪੜਦਾ ਏਰੀਆ, ਹਾਂਜੀ, ਇਹਨਾਂ ਨੂੰ ਨੀਲੀ ਬਾਰ ਕਹਿੰਦੇ ਆ। ਅੱਛਾ, ਅਤੇ ਗੰਜੀ ਬਾਰ ਅਤੇ ਨੀਲੀ ਬਾਰ ਅਤੇ ਸਾਦਰ ਬਾਰ, ਸਾਦਰ ਬਾਰ, ਇਹ ਤਿੰਨ ਬਾਰਾਂ ਦੀ ਤਿੰਨ ਬਾਰਾਂ ਕੁਛ ਮਿਲਿਆ ਗਿਆ ਜਿਹੜੀਆਂ ਗਿਆ ਚਨਾ ਅਤੇ ਜਿਹਨੂੰ ਤਾਂ ਦਰਿਆ ਹੋਣਾ ਵੀ ਨਾ ਸ਼ਾਇਦ ਖੋਵੇ ਤਾਂ ਮੈਂ ਦੱਸ ਵੀ ਸਕਦਾ। ਅੱਛਾ ਅੱਛਾ, ਸ਼ਾਇਦ ਖੋਵੇ ਤਾਂ ਹੋਵੇ। ਅੰਕਲ ਜੀ, ਜਦੋਂ ਤੁਸੀਂ ਉੱਥੇ ਆਪਣੇ ਤੁਹਾਡਾ ਜਨਮ ਹੋਇਆ ਤਾਂ ਤੁਸੀਂ ਆਪਣੇ ਚੰਗੇ ਤੁਹਾਡੀ ਏਜ ਹੋ ਗਈ, ਤੁਸੀਂ 18 ਸਾਲ ਦੇ ਜਦੋਂ ਉੱਧਰੋਂ ਆਏ? 16 ਸਾਲ? ਮੈਂ 16 ਸਾਲ ਦਾ ਸੀ। ਅੱਛਾ ਜੀ, ਜਦੋਂ ਤੁਸੀਂ 16 ਸਾਲ ਦੇ ਸੀ ਉੱਧਰੋਂ, ਹਾਲਾਤ ਖਰਾਬ ਹੋਣ ਤੋਂ ਪਹਿਲਾਂ ਤੁਸੀਂ ਮੁਸਲਮਾਨ ਵੀਰਾਂ ਨਾਲ ਕੋਈ ਮਸਲਾ ਸੀ ਜਾਤ ਪਾਤ ਦਾ ਜਾਂ ਕੋਈ ਆਪਣੇ ਧਰਮ ਦਾ ਮਸਲਾ, ਕੋਈ ਲੜਾਈ ਝਗੜਾ ਕੋਈ ਇਹੋ ਜਿਹਾ ਹੋਇਆ? ਦੇਖੋ ਜੀ, ਮੇਰੀ ਜਿਵੇਂ 16 ਸਾਲ ਦਾ ਸੀ ਤੋਂ ਪਹਿਲਾਂ ਵੀ ਹੋਇਆ ਤਾਂ ਮੈਂ ਕਦੇ ਕਹਿ ਨਹੀਂ ਸਕਦਾ, ਮੇਰੀ ਹੋਸ਼ ਕੋਈ ਇਹਨਾਂ ਦਾ ਕਦੀ ਕੋਈ ਝਗੜਾ ਨਹੀਂ ਹੋਇਆ, ਕੋਈ ਲੜਾਈ ਚੋਰੀ ਨਹੀਂ ਹੋਈ, ਝਗੜਾ ਨਹੀਂ ਹੋਇਆ, ਕੋਈ ਚੋਰੀ ਨਹੀਂ ਪਿੰਡਾਂ 'ਚ? ਚੋਰੀ ਤਾਂ ਜਦੋਂ ਲੋਕ ਡੰਗਰਾਂ ਦੀ ਚੋਰੀ ਹੁੰਦੀ ਸੀ ਤਾਂ। ਅੱਛਾ ਜੀ, ਉਹ ਲੋਕ ਕਰਦੇ ਫੜੇ ਵੀ ਜਾਂਦੇ ਸੀ। ਅੱਛਾ ਜੀ, ਡੰਗਰਾਂ ਚੋਰੀ? ਹਾਂ, ਬਾਕੀ ਚੋਰੀ ਇੰਨੀ ਲੰਮੀ ਹੈ ਜੀ। ਅੱਛਾ, ਡੰਗਰੇ ਚੋਰੀ ਹੁੰਦੇ ਸੀ। ਅਤੇ ਆਮ ਜਨਤਾ ਆਪਸ ਵਿੱਚ ਪਿਆਰ ਕੀ ਸੀ? ਲੋਕਾਂ ਦਾ ਤਕਰੀਬਨ ਕੋਈ ਆਪਣੇ ਕਾਰੋਬਾਰ ਨਾਲ ਪਿਆਰ ਆ ਰਹੇ, ਲੋਕਾਂ ਦਾ ਝਗੜਾ ਘੱਟ ਹੀ ਸੀ, ਕੋਈ ਦੇਖਣ 'ਚ ਨਹੀਂ ਸੀ ਆਇਆ। ਜੇ ਕੋਈ ਹੁੰਦਾ ਸੀ ਸਾਡੇ ਪਿੰਡ ਜੇ ਇੱਕ ਤੋਬਾ ਅਤੇ ਇੱਕ ਲੜ ਪਿਆ, ਤੋਬਾ ਮੁਸਲਮਾਨ ਸੀ, ਨਾਲ ਸਰਦਾਰ ਸਿੰਘ ਦੁਕਾਨ, ਉਹ ਲੜ ਪਿਆ, ਉਹਦੇ ਪਿੰਡ 'ਚ ਲੋਕਾਂ ਨੇ ਫੈਸਲਾ ਕਰਾਤਾ। ਦੱਸੋ ਆਪਣੇ ਅੰਕਲ, ਤੁਹਾਡੇ ਲਾਗੇ ਲਾਗੇ ਜਿਹੜੇ ਪਿੰਡ ਹੈਗੇ ਆ ਉਹ ਮੁਸਲਮਾਨਾਂ ਦੇ ਸੀ ਕਿ ਸਿੱਖਾਂ ਦੇ ਸੀ? ਰਲਵੇਂ ਸੀ ਜੀ। ਰਲਵੇਂ ਸੀ? ਕਿਹੜੇ ਕਿਹੜੇ ਪਿੰਡ ਸੀ ਲਾਗੇ ਤੁਹਾਡੇ? ਸਾਡੇ ਜੀ ਸਭ ਤੋਂ ਗੁਆਂਢ ਸੀਗੀ 99-12, ਹਾਂਜੀ, 52-12, ਹਾਂਜੀ, ਛੋਟੀ 88 ਸਾਡੀ, ਵੱਡੀ 88 ਸੀ, ਉਹ ਛੋਟੀ 88 ਸੀ ਕਹਿੰਦੇ। 88 ਵਿੱਚ ਦੋ ਸੀਗੀਆਂ? 202 ਵਾਦੀਆਂ ਸੀ ਸਾਡੇ ਪਿੰਡ। ਅੱਛਾ, ਦੋ ਮੌਕੇ ਛੋਟੀ 88 ਸੀ, ਚਾਰ ਮੌਕੇ ਸਾਡੇ ਪਿੰਡ ਨੂੰ ਸੀ। ਅੱਛਾ ਅੱਛਾ, 6 ਮੌਕੇ ਪੈਂਦੇ ਸੀ, ਫਿਰ 90-12, ਹਾਂਜੀ, 94-12, 95-12, ਹਾਂਜੀ, ਇਹਦੇ ਬੰਦੇ ਫਿਰ 86, 87, 87 ਸਰਦਾਰਾਂ ਦੀ ਸੀ, 86 ਵੀ ਸਰਦਾਰਾਂ ਦੀ ਸੀ, ਅਤੇ 87 ਛੋਟੀ ਸੀ ਉਹ ਮੁਸਲਮਾਨਾਂ ਦੀ ਸੀ, ਅਤੇ ਅਲਪ ਚੰਦਾ ਸੀ 268, 269 ਨੋਇਲ 'ਤੇ ਸੀ, ਇੱਧਰ ਫਿਰ ਤੁਹਾਡੇ ਹੋਰ ਮਿੰਟ ਗੁੱਚੀ ਚੱਲਦੀਆਂ ਲਾ ਜਾਓ, 50-12, 54-12, 58-12, ਹਾਂਜੀ, ਇੱਧਰ ਫਿਰ 100-12, ਹਾਂਜੀ, 103-12, ਸਾਰਾ ਯਾਦ ਹੈ ਉਹਨਾਂ ਦਾ? ਦੇਖੋ ਜੀ, ਹਾਂਜੀ, ਸਾਰਾ ਯਾਦ ਹੈ। ਅੰਕਲ ਜੀ, ਆਪਣੇ ਪਿੰਡ ਵਿੱਚ ਜਿੱਦਾਂ ਪੰਜਾਬ ਵਿੱਚ ਇੱਧਰ ਛਿੰਝਾਂ ਲੱਗਦੀਆਂ, ਮੇਲੇ ਲੱਗਦੇ ਆ,
ਤੁਹਾਡੇ ਪਿੰਡ ਜਿੱਥੇ ਮਤਲਬ ਵੀ ਇਹੋ ਜਿਹੇ ਫੰਕਸ਼ਨ ਵੀ ਹੁੰਦੇ ਸੀ? ਦੇਖੋ ਜੀ, ਲੋਕ ਤਾਂ ਆਮ ਪਿੰਡਾਂ ਦੇ ਖੇਲ ਹੁੰਦੇ ਸੀ, ਕਬੱਡੀ ਖੇਲੀ ਜਾਂ ਰਸਾ ਖੇਡਣਾ ਪਿੰਡਾਂ ਪਿੰਡਾਂ 'ਚ। ਹਾਂਜੀ, ਮੇਲੇ ਸਾਡੇ ਦੋ ਸਾਡੇ ਅਲੱਗ ਲੱਗਦੇ ਸੀ। ਹਾਂਜੀ, ਇੱਕ ਤਾਂ ਜਿਹੜੇ 86 ਚੱਕ ਦੇ ਰੰਗੀ ਰਾਮ ਦੇ ਨਾਲ ਚੱਲ ਰਿਹਾ ਸੀ, ਉਹ ਸੀਗਾ ਬਹੁਤ ਬਹੁਤ ਅਗਰ ਦੁਨੀਆਂ 'ਚ ਸਹੀ ਫਕੀਰ ਸੀ ਮੈਂ ਉਹ ਦੇਖਿਆ। ਰੰਗੀ ਰਾਮ ਮੁਸਲਮਾਨ ਪਠਾਨ ਸੀ ਲੇਕਿਨ ਉਹ ਮੁਸਲਮਾਨ ਵਾਲੀ ਗੱਲ ਕੋਈ ਨਹੀਂ, ਉਹ ਸਭ ਨੂੰ ਸਾਰਿਆਂ ਦੇ ਘਰੋਂ ਲੈ ਕੇ ਚੀਜ਼ ਲੈ ਲੈਂਦਾ ਸੀ। ਅੱਛਾ, ਉਹ ਸਾਰਿਆਂ ਦਾ ਪਿਆਰ ਸੀ ਪਿੰਡ 'ਚ? ਪਿਆਰ ਨਹੀਂ, ਸੁਣ ਲਓ, ਇੱਕ ਦਿਨ ਬਾਹਰ ਨਿਕਲਣੇ ਘਰੋਂ ਉਹ ਰੋਟੀਆਂ ਦੁੱਧ ਮੰਗਦਾ ਹੁੰਦਾ ਸੀ ਆਪਣੇ ਚੇਲਿਆਂ ਵਾਸਤੇ ਅੱਛਾ ਜੀ। ਇੱਕ ਬਾਲਮੀਕ ਦੇ ਘਰੋਂ ਰੋਟੀ ਲੈ ਕੇ ਨਿਕਲਿਆ। ਹਾਂਜੀ, ਸਾਹਮਣੇ ਮੁਸਲਮਾਨ ਮਰਾਸੀ ਦੇ ਘਰ ਸੀ। ਹਾਂਜੀ, ਮਰਾਸੀ ਕਹਿੰਦੀ ਰਾਹੀਂ ਸਤਾਰਾਂ ਪਿੰਡ ਤੋਂ ਇਹਨਾਂ ਦੇ ਘਰ ਰੋਟੀ ਲੈ ਕੇ ਆਇਆ। ਅੱਛਾ ਅੱਛਾ, ਰੋਟੀਆਂ ਚੱਕ ਕੇ ਉਹਦੇ ਮੂਹਰੇ ਰੱਖੀਆਂ, ਪਛਾਣ ਦਿਲ ਦੀ ਕਿਹੜੀ ਰੋਟੀ ਆ ਦੱਸੋ। ਮਤਲਬ ਵੀ ਉਹਨੇ ਮੇਰਾ ਮਾਰਿਆ ਵੀ ਤੂੰ ਸਰਦਾਰਾਂ ਦਾ ਪਿੰਡ ਆ, ਵੀ ਤੂੰ ਇਹਨਾਂ ਦੇ ਬਾਲਮੀਕੀਆਂ ਦਾ ਰੋਟੀ ਕਿਉਂ ਮੰਗਦਾ? ਕਿਉਂ ਮੰਗਦਾ? ਉਹਨੇ ਰੋਟੀਆਂ ਕੱਢ ਕੇ ਮੂਹਰੇ ਰੱਖ ਦਿੱਤੀਆਂ, ਦੱਸ ਵੀ ਆਹ ਰੋਟੀਆਂ ਉਹਨਾਂ ਦੀਆਂ ਕਿਹੜੀਆਂ, ਪਛਾਣ ਕੀ ਫਰਕ ਆ? ਇਹਦਾ ਤਾਂ ਫਕਰ ਬੰਦਾ ਸੀ, ਇਹ ਫਰਕ ਗੱਲ ਹੈ। ਅਤੇ ਆਪਣੇ ਕੁਛ ਉਹਦੇ ਮੇਲੇ ਦੇ ਕੀ ਹੁੰਦਾ ਉੱਥੇ? ਮੇਲੇ ਜੀ 3 ਦਿਨ ਲੱਗਦਾ ਸੀ, ਮੇਲਾ ਚੇਹਦੀ ਪਹਿਲੀ 2-3 ਨੂੰ। ਹਾਂਜੀ, ਆਮ ਘੋਲ ਹੁੰਦੇ ਸੀ, ਮੁਸਲਮਾਨਾਂ ਮੁੰਡੇ ਸਿੱਖਾਂ ਨਾਲ ਘੋਲਦੇ ਹੁੰਦੇ, ਕਿ ਰਲ ਕੇ ਘੋਲਦੇ ਹੁੰਦੇ ਸੀ। ਇਹ ਨਹੀਂ ਕਿ ਮੁਸਲਮਾਨ ਮੁਸਲਮਾਨ ਹੀ ਘੋਲਣਾ, ਸਿੱਖਣਾ ਸਿੱਖ, ਰਲ ਕੇ ਲੋਕ ਘੋਲਦੇ ਹੁੰਦੇ। ਅੱਛਾ, ਅਤੇ ਜੋ ਇਹ ਤਾਂ ਹੋ ਗਏ ਮੇਲੇ। ਜਦੋਂ ਤੁਸੀਂ ਆਪਣੇ ਤੁਸੀਂ ਪਿੰਡ ਪੜ੍ਹੇ ਆ ਆਪਣੇ 8ਵੀਂ ਤਾਈਂ? ਹਾਂ, ਮਿਡਲ ਸਕੂਲ ਸੀ ਸਾਡੇ ਪਿੰਡ ਦਾ, ਕਾਂ ਬੰਗਲੇ ਮਿਡਲ ਸਕੂਲ ਸੀ। ਮੈਂ 8th ਮਤਲਬ 46 ਵਿੱਚ ਉੱਥੋਂ ਮਿਡਲ ਪਾਸ ਕੀਤਾ। ਜਦੋਂ ਗਰਮੀ ਛੁੱਟੀਆਂ ਹੁੰਦੀਆਂ ਸੀ, ਅਸੀਂ ਪਿੰਡਾਂ ਵਿੱਚ ਆਪਣੇ ਖੇਡਦੇ ਹੁੰਦੇ ਸੀਗੇ ਆਪਣੇ ਵੀ। ਸਾਡੇ ਜੀ ਖੁਦੋ ਖੁੰਡੀ ਨੂੰ ਹਾਕੀ ਕਹਿੰਦੇ ਆ, ਸਾਡੀ ਮੇਨ ਗੇਮ ਇਹ ਸੀ ਖੁਦੋ ਖੁੰਡੀ, ਜਿਹੜੀ ਹਾਕੀ ਆ। ਹਾਕੀ ਜਿਹੜਾ ਪਹਿਲਾਂ ਨਾ ਖੁਦੋ ਖੁੰਡੀ ਸੀ, ਦੱਸੋ, ਮੈਂ ਪਹਿਲੀ ਵਾਰ ਸੁਣਿਆ ਜੀ। ਜਾਂ ਗੁੱਲੀ ਡੰਡਾ, ਗੁੱਲੀ ਡੰਡਾ, ਇਹ ਤਾਂ ਹਾਂ ਅਸੀਂ ਖੇਡਦੇ ਸਾਡੇ ਪਿੰਡਾਂ ਦੀ ਖੇਲ ਗੁੱਲੀ ਡੰਡਾ ਖੁਦੋ ਖੁੰਡੀ। ਇਹ ਵੀ ਨਵੀਂ 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 ਗੱਲ ਸੁਣ ਲਈ ਹਾਂਜੀ। ਅਤੇ ਆਪਣੇ ਤੁਹਾਡੇ ਇਲਾਕੇ ਦੀ ਕੋਈ ਚੀਜ਼ ਮਸ਼ਹੂਰ ਹੋਵੇ, ਕੀ ਸੀ? ਜਿੱਦਾਂ ਕਹਿੰਦੇ ਤੁਸੀਂ ਗੱਲਾਂ ਕਰਦੇ ਸੀ ਪਹਿਲਾਂ ਵੀ ਨੀਲੀ ਬਾਰ ਦੀਆਂ ਮੱਝਾਂ ਬਹੁਤ ਮਸ਼ਹੂਰ ਸੀ। ਨੀਲੀ ਬਾਰ ਦੀ ਮੱਛੀ ਹੁਣ ਵੀ ਮਸ਼ਹੂਰ ਹੈ? ਅੱਛਾ ਜੀ, ਹੁਣ ਵੀ ਮਸ਼ਹੂਰ ਹੈ, ਉਹਦੇ ਵੀਡੀਓ ਦੇਖ ਲਓ, ਨੀਲੀ ਦੀ ਮੱਝ ਮਸ਼ਹੂਰ ਬਹੁਤ ਸੋਹਣੀ ਹੈ। ਅਤੇ ਆਪਣੇ ਸ਼ਾਹੀ ਵਾਲੀ ਗਾਂ, ਸ਼ਾਹੀ ਵਾਲੀ ਗਾਂ ਲਾਲ ਲੱਗਦੀ ਹੁੰਦੀ ਹੈ। ਅੱਛਾ ਜੀ, ਨੀਲੀ ਦੀ ਮੱਝ ਮਸ਼ਹੂਰ ਹੈ। ਅੱਛਾ ਅੱਛਾ ਜੀ, ਅੰਕਲ ਜੀ, ਜਦੋਂ ਤੁਸੀਂ ਆਪਣੇ 8ਵੀਂ ਪਾਸ ਕਰ ਲਏ ਆਪਣੇ ਪਿੰਡ, ਉਸ ਤੋਂ ਬਾਅਦ ਤੁਸੀਂ ਕਿਤੇ ਗਾਂ ਪੜ੍ਹਨ ਗਏ ਕਿਤੇ? ਮੈਂ ਜੀ ਉਸ ਤੋਂ ਬਾਅਦ ਮੈਂ ਖਾਲਸਾ ਹਾਈ ਸਕੂਲ ਮਿੰਟੂ ਵੀ ਦਾਖਲਾ ਲਿਆ। ਖਾਲਸਾ ਹਾਈ ਸਕੂਲ ਮਿੰਟੂ ਦਾਖਲਾ ਲਿਆ, ਉੱਥੇ ਪੜ੍ਹਿਆ? ਉੱਥੇ ਮੈਂ 1.5 ਸਾਲ ਲਾਇਆ, ਜਾਣੂ 9ਵੀਂ ਉੱਥੇ ਪਾਸ ਕੀਤੀ। ਹਾਂਜੀ, 10ਵੀਂ ਦਾਖਲ ਹੋਇਆ ਤੇ ਪਾਂਡੀ ਯੂਨੀਵਰਸਿਟੀ। ਜਿਹੜਾ ਆਪਣੇ ਮਿੰਟਗੋਲੀ ਆਪਣੇ ਸਿੰਘਾ ਸਿੰਘ ਸਭਾ ਗੁਰਦੁਆਰਾ ਗਿਆ ਕਦੀ ਉੱਥੇ? ਬਹੁਤ ਵਾਰੀ ਗਿਆ ਜੀ, ਇੱਕ ਵਾਰੀ ਨਹੀਂ, ਬਹੁਤ ਵਾਰੀ ਗਿਆ। 1.5 ਸਾਲ ਰਿਹਾ ਮਿੰਟਗੋਲੀ, ਉਸ ਹੋਸਟਲ 'ਚ ਗੁਰਦੁਆਰੇ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ। ਉਹ ਗੁਰਦੁਆਰਾ ਕਿਹੜਾ ਸੀਗਾ? ਗੁਰਦੁਆਰਾ ਬਹੁਤ ਆਲੀਸ਼ਾਨ ਸੀ ਜੀ। ਅੱਛਾ ਜੀ, ਬਹੁਤ ਆਲੀਸ਼ਾਨ ਗੁਰਦੁਆਰਾ ਸੀ, ਖੁੱਲ੍ਹੀ ਜਗ੍ਹਾ ਬੜੀ ਖੁੱਲ੍ਹੀ ਸੀ, ਬੜੀ ਬਾਜ਼ਾਰ ਦੇ ਵਿੱਚ ਰੌਣਕ ਵਾਲੇ ਥਾਂ ਸੀਗਾ ਉਹ। ਅੱਛਾ, ਬਹੁਤ ਸ਼ਹਿਰ ਦਾ ਸੈਂਟਰ ਕਹਿ ਦਿਆ, ਕੋਈ ਗੱਲ ਦੀ ਗੱਲ ਨਹੀਂ ਹੋਵੇ। ਉਹਦੇ ਗੁਰਦੁਆਰੇ ਦੇ ਹਾਲਾਤ ਕਾਫੀ ਨੁਕਸਾਨ ਹੋਇਆ, ਉਹਦਾ ਅੱਜ ਵੀ ਨੁਕਸਾਨ ਹੋ ਰਿਹਾ। ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ, ਮਤਲਬ ਵੀ ਸਿੱਖ ਇਤਿਹਾਸ ਦੇ ਆਪਣੇ ਗੁਰਦੁਆਰੇ ਆ, ਸਾਰੇ ਧਰਮ ਦੇ ਸਾਰੇ ਸਾਂਝੇ ਆ। ਹਾਂਜੀ ਹਾਂਜੀ, ਸਾਰਿਆਂ ਨੂੰ ਸਰਕਾਰ ਇਹੀ ਤਮਾਮ ਦੇਣੀ ਚਾਹੀਦੀ ਹੈ। ਹਾਂਜੀ, ਦੂਸਰਾ ਆਪਣੇ ਜੋ ਪੜ੍ਹਦੇ ਸੀ ਆਪਣੇ ਕਾਲਜ ਵਿੱਚ, ਹਾਈ ਸਕੂਲ ਪੜ੍ਹਦੇ ਸੀ ਤੁਸੀਂ, ਉੱਥੇ ਤੁਹਾਡੇ ਨਾਲ ਮੁਸਲਮਾਨਾਂ ਦੇ ਵੀ ਪੜ੍ਹਦੇ? ਖਾਲਸਾ ਸਕੂਲ ਸੀਗਾ ਉਹ, ਸਰ ਖਾਲਸੇ ਮੁੰਡੇ ਪੜ੍ਹਦੇ ਸੀ, ਖਾਲਸੇ ਮੁੰਡੇ ਹੋਸਟਲ ਨਹੀਂ ਹੁੰਦੇ ਸੀ, ਖਾਲਸੇ ਮੁੰਡੇ ਸੀ, ਕੋਈ ਹਿੰਦੂ ਹੁੰਦੇ ਸੀ ਥੋੜ੍ਹੇ ਬਹੁਤ, ਮੁਸਲਮਾਨ ਮੁੰਡੇ ਹੈਗੇ ਸੀ, ਮੁੰਡੇ ਹੋਏ ਨਹੀਂ ਸੀ। ਤੋਂ ਲਾਗੇ ਇਸਲਾਮੀਆ ਹਾਈ ਸਕੂਲ ਸੀ, ਉੱਥੇ ਇਸਲਾਮੀਆ ਹਾਈ ਸਕੂਲ ਪੜ੍ਹਦੇ ਸੀ। ਜਦੋਂ ਤੁਸੀਂ ਪਿੰਡੋਂ, ਤੁਹਾਡੇ ਪਿੰਡੋਂ ਤੁਹਾਡੇ ਦੋਸਤ ਜਾਂਦੇ ਸੀ ਮੁਸਲਮਾਨ ਵੀ ਪੜ੍ਹਨ ਉੱਥੇ ਹੋਰ ਸਕੂਲੇ? ਹੋਸਟਲ ਵਿੱਚ ਤਾਂ ਸਾਡੇ ਪਿੰਡੋਂ ਹੋਸਟਲ ਜਿਹੜੇ ਸਾਡੇ ਪਿੰਡ ਦੇ ਹੁਣ 9ਵੀਂ ਜਾ ਕੇ ਮੀਆਂ ਚੰਦ ਵੀ ਲੱਗ ਕੇ ਪੈ ਜਾਂਦੇ ਪੜ੍ਹੇ ਥੋੜ੍ਹਾ ਜਿਹਾ। ਅੱਛਾ, ਚੀਜ਼ਾਂ ਹਾਈ ਸਕੂਲ ਦੀ ਚੀਜ਼ਾਂ ਵੀ ਜਾ ਸਕਦਾ, ਇਹਨਾਂ ਨੇ ਪੜ੍ਹਨਾ ਕਿ ਮੁੰਡੇ ਬਾਅਦ ਵਿੱਚ
ਕਿੱਥੇ ਕਿੱਥੇ ਗਿਆ ਹੈ ਹਾਂਜੀ ਹਾਂਜੀ ਇਹਦੇ ਬਾਰੇ ਬਹੁਤ ਮੈਨੂੰ ਹਾਂਜੀ ਇਹ ਦੱਸੋ ਨਾ ਕਰੀਏ ਆਪਣੇ ਜਦੋਂ ਤੁਸੀਂ ਆਪਣੇ ਉੱਥੇ ਹੋਸਟ ਰਹਿੰਦੇ ਸੀਗੇ ਤਾਂ ਪਿੰਡ ਨੂੰ ਆਉਣਾ ਤਾਂ ਕੀ ਸਾਧਨ ਸੀ ਆਉਣ ਜਾਣ ਦਾ ਪਿੰਡ ਹੁੰਦਾ ਜੀ ਸਾਧਨ ਬੜੇ ਘੱਟ ਹੁੰਦੇ ਸੀ ਹਾਂਜੀ ਪਹਿਲਾਂ ਤੋਂ ਟਾਂਗਾ ਫਾੜਨਾ ਸਟੇਸ਼ਨ ਤੇ ਆਉਣਾ ਹਾਂਜੀ ਹਾਂਜੀ ਉੱਥੇ ਗੱਡੀ ਦਾ ਇੰਤਜ਼ਾਰ ਕਰਨਾ ਹਾਂਜੀ ਫਿਰ ਉੱਥੇ ਚੀਚਾ ਆ ਕੇ ਬੱਸ ਫੜਨੀ ਹਾਂਜੀ ਬੱਸ 'ਤੇ ਆ ਕੇ ਬੰਗਲੇ ਕਾਂ ਲਿਆ ਕੇ ਉੱਥੋਂ ਉਤਰਨਾ ਕਾਂ ਵਾਲਾ ਬੰਗਲਾ ਹਾਂਜੀ ਉੱਥੋਂ ਫਿਰ ਉੱਥੋਂ ਡੇਢ ਮੀਲ ਦਾ ਮੀਲ ਆਉਣਾ ਪਿੰਡਾਂ ਦਾ ਤੁਰ ਕੇ ਆਉਣਾ ਫਿਰ ਤੁਰ ਕੇ ਆਉਣਾ ਉੱਥੋਂ ਅੱਛਾ ਕੱਚੇ ਰਸਤੇ ਹੁੰਦੇ ਸਾਰੇ ਆਪਣੇ ਜੇ ਤੁਰ ਕੇ ਆਉਣਾ ਡੇਢ ਮੀਲ ਰਸਤੇ ਨਲਕੇ ਲੱਗੇ ਸੀ ਪਾਣੀ ਪੂਣੀ ਪੀਣ ਨੂੰ ਕਿੱਥੇ ਨਲਕੇ ਨਹੀਂ ਨਹਿਰ ਦਾ ਪਾਣੀ ਨਲਕੇ ਖੂਹੀਆਂ ਖੂਹੀਆਂ ਹੁੰਦੀਆਂ ਹੁਣ ਬੰਗਲੇ ਜਿਹੜੇ ਨੇ ਬੰਗਲੇ ਸੀਗੇ ਨਲਕੇ ਅੱਛਾ ਜੀ ਬੰਗਲੇ ਨਹਿਰ ਵਾਲੇ ਨਲਕੇ ਸੀਗੇ ਅੱਛਾ ਨਹਿਰ ਨਲਕੇ ਸੀਗੇ ਨਹਿਰ ਨਲਕੇ ਸੀਗੇ ਅੱਛਾ ਉੱਥੋਂ ਪਾਣੀ ਪੀਣਾ ਪਰ ਜਾਂ ਜਿੱਦਾਂ ਮੈਨੂੰ ਮੇਰਾ ਦੋਸਤ ਸੀਗਾ ਪੜ੍ਹਦਾ ਪੜ੍ਹਦਾ ਮੇਰੇ ਨਾਲ ਹਾਂਜੀ ਇਹ ਬਤਾਲੀ ਤਰਤਾਲੀ ਦੀਆਂ ਲਿਆ ਤਰਤਾਲੀ ਦੀਆਂ ਲਾਉਣੀਆਂ ਅੱਛਾ ਛੇਵੀਂ ਹੋ ਜਾਏ ਸ਼ਾਇਦ ਉਦੋਂ ਅਤੇ ਉਹ ਅਸੀਂ ਪਿੰਡ ਨੂੰ ਇਕੱਠੇ ਆ ਰਹੇ ਹਾਂ ਪੂਰਾ ਪਿੰਡ ਪਿੰਡ ਪਹਿਲਾਂ ਵਾਦੀ ਹੁੰਦੀ ਸੀ ਹਾਂਜੀ ਮੁਸਲਮਾਨ ਦਾ ਮੁੰਡਾ ਸੀ ਹਾਂਜੀ ਕ੍ਰੀਮੀ ਕਹਿੰਦੇ ਛੋੜਨ ਨਾਲ ਉਹਦਾ ਕ੍ਰੀਮੀ ਕ੍ਰੀਮੀ ਤੁਹਾਡਾ ਦੋਸਤ ਸੀ ਆਪਣੇ ਮੁਸਲਮਾਨ ਨਾਲ ਉਹਦਾ ਸੀ ਕ੍ਰੀਮ ਬਖਸ਼ ਪੁੱਤਰ ਗੁਲਾਮ ਬਖਸ਼ ਕ੍ਰੀਮ ਬਖਸ਼ ਪੁੱਤਰ ਗੁਲਾਮ ਬਖਸ਼ ਅਸ਼ ਨਾਲ ਸੀ ਅਤੇ ਅਸੀਂ ਨਿਕਨੇਮ ਕ੍ਰੀਮੀ ਸਾਡੇ ਉਹਨੂੰ ਅੱਛਾ ਕ੍ਰੀਮੀ ਅੱਛਾ ਮੈਂ ਕਿਹਾ ਉਹ ਕ੍ਰੀਮੀ ਮੈਨੂੰ ਤਿਆਰ ਲੱਗੀ ਪਾਣੀ ਪਿਲਾ ਕੇ ਦਿਓ ਅੱਛਾ ਜੀ ਮੇਰਾ ਤਾਂ ਜੇ ਖੂਹ ਹੈਗਾ ਉਹਨਾਂ ਦੇ ਬਜ਼ਾਰ ਪਿੰਡ ਮੈਂ ਕਿਹਾ ਖੂਹ ਕੱਢ ਕੇ ਪਾਊਗਾ ਕਹਿੰਦਾ ਮੈਂ ਘਰੋਂ ਲਿਆਉਣਾ ਅੱਛਾ ਜੀ ਉਹ ਘਰੋਂ ਲੈ ਗਿਆ ਡੱਬੇ 'ਚ ਪਾ ਕੇ ਬਰਤਨ 'ਚ ਪਾ ਕੇ ਅਤੇ ਜਿਵੇਂ ਮੈਂ ਪੀਤਾ ਉਹਦੀ ਖੰਡ ਘੋਲੀ ਹੋਈ ਅੱਛਾ ਜੀ ਉਦੋਂ ਖੰਡ ਬੜੀ ਔਖੀ ਮਿਲਦੀ ਸੀ ਡਿੱਬੂਆਂ 'ਚ ਪਾਈਆਂ ਮਿਲਦੀ ਸੀ ਮਹੀਨੇ ਦੋ ਮਹੀਨੇ ਬੜੀ ਮੁਸ਼ਕਿਲ ਖੰਡ ਨਿਕਲੀ ਸੀ ਹੁਣ ਇੰਨਾ ਪਿਆਰ ਸ਼ੋ ਕੀਤਾ ਮੈਨੂੰ ਇਹਨਾਂ ਚਾਹ ਦੇ ਨਾਲ ਮੈਨੂੰ ਖੰਡ ਵਾਲਾ ਪਾਣੀ ਪਿਲਾਇਆ ਮੈਨੂੰ ਬੜੀ ਖੁਸ਼ੀ ਹੋਈ ਮਤਲਬ ਇਹ ਕੋਈ ਮਸਲਾ ਨਹੀਂ ਸੀ ਇਹੋ ਜਿਹਾ ਵੀ ਆਪਣੇ ਵੀ ਮੁਸਲਮਾਨ ਸਿੱਖਾਂ ਦੇ ਘਰੋਂ ਪਾਣੀ ਪੀਵੇ ਜਾਂ ਸਿੱਖ ਮੁਸਲਮਾਨ ਦੇ ਘਰੋਂ ਪਾਣੀ ਪੀਣ ਕੋਈ ਚੱਕਰ ਨਹੀਂ ਸੀ ਮੈਂ ਦੱਸਿਆ ਨਹੀਂ ਪੜਾ ਮੈਂ ਇਹ ਯਾਦ ਕਰਦਾ ਤੁਹਾਨੂੰ ਦੇਖ ਲਓ ਅਤੇ ਹੁਣ ਆਪਣੇ ਮਸਲੇ ਹੋਏ ਜਾਂਦੇ ਵੀ ਇਹ ਸਿੱਖਾਂ ਦਾ ਘਰ ਆ ਮੈਂ ਇੱਥੋਂ ਪਾਣੀ ਨਹੀਂ ਪੀਣਾ ਇਹ ਮੁਸਲਮਾਨਾਂ ਘਰ ਮੈਂ ਪਾਣੀ ਨਹੀਂ ਪੀਣਾ ਉਦੋਂ ਕੋਈ ਮਸਲਾ ਨਹੀਂ ਸੀ ਮੈਨੂੰ ਮੈਂ ਆਹ ਮੰਗਿਆ ਪਾਣੀ ਉਹ ਘਰੋਂ ਬੜੇ ਪਿਆਰ ਨਾਲ ਲੈ ਕੇ ਬਰਤਨ ਪਾਣੀ ਲੈ ਗਿਆ ਕਣ ਘੋਲ ਕੇ ਲਿਆ ਅੱਛਾ ਅੰਦਾਜ਼ਾ ਲਾ ਲਓ ਇੱਦਾਂ ਦੀ ਗੱਲ ਹੀ ਕੋਈ ਨਹੀਂ ਸੀ ਯਾਰ ਅਤੇ ਜੋ ਪਿੰਡਾਂ 'ਚ ਆਪਣੇ ਜਿਹੜੇ ਉੱਧਰੋਂ ਮੁਸਲਮਾਨ ਵੀਰਾਂ ਦਾ ਖਾਣਾ ਪੀਣਾ ਲੈਣ ਦੇਣ ਕੋਈ ਦਿੱਕਤ ਨਹੀਂ ਸੀ ਨਹੀਂ ਖਾਣ ਪੀਣ ਦਾ ਇਹ ਆਪਾਂ ਆਪਣੇ ਖਾਂਦੇ ਸੀ ਖਾਣ ਪੀਣ ਦੀ ਗੱਲ ਕੋਈ ਨਹੀਂ ਜਿਹੜੇ ਸਾਡੇ ਪਿੰਡਾਂ 'ਚ ਕਮੀ ਲੋਕ ਸੀ ਨਾ ਹਾਂਜੀ ਉਹ ਸਾਡੇ ਘਰ ਜਾਂ ਫਿਰ ਲੱਸੀ ਪਾਣੀ ਦੁੱਧ ਦਹੀਂ ਹਾਂਜੀ ਉਹ ਏਰੀਆ ਚੀਜ਼ਾਂ ਦਾ ਲੋੜਾਂ ਉਹ ਲੈ ਲੈਂਦੇ ਸੀ ਉਹ ਨਹੀਂ ਸੀ ਕਰਦੇ ਅੰਕਲ ਜੀ ਤੁਸੀਂ ਦੱਸੋ ਜਦੋਂ ਤੁਸੀਂ ਕਹਿੰਦੇ ਮਕਾਨ ਬਣਾਉਣ ਵਾਸਤੇ ਮਿਸਤਰੀ ਲੈ ਕੇ ਆਉਂਦੇ ਹਾਂਜੀ ਉਹ ਮਿਸਤਰੀ ਆਇਆ ਮੁੰਡਾ ਯੰਗ ਸੀ ਅਜੇ ਉਹ ਯੰਗ ਤਾਂ ਨਹੀਂ ਕਹਿ ਸਕਦੇ 30 ਸਾਲ ਥੱਲ 20-30 ਦੇ ਵਿਚਾਰੇ ਸੀ ਉਹ 20-30 ਸਾਲ ਉਮਰ ਸੀ ਆਪਣੇ ਇਸ ਉਮਰ ਸੀ ਉਹਦੀ ਕਿਹੜੇ ਪਿੰਡ ਲੱਗ ਜਾਂਦਾ ਜੀ ਦੂੜੇ ਤੋਂ ਦੂੜੇ ਤੋਂ ਅੱਛਾ ਜੀ ਹਾਂ ਜਿਹਨੂੰ ਦੌਲੀਏ ਦੂੜੇ ਕਹਿੰਦੇ ਆ ਹਾਂਜੀ ਅਤੇ ਉਹ ਕੰਮ ਕਰਦੇ ਕਹਿੰਦੇ ਅਸੀਂ ਪੁੱਛ ਲਿਆ ਕਿ ਜੀ ਤੂੰ ਨਹੀਂ ਗਿਆ ਪਾਕਿਸਤਾਨ ਭਾਈ ਅੱਛਾ ਉਹ ਮੁਸਲਮਾਨ ਵੀਰ ਸੀ ਮੁਸਲਮਾਨ ਵੀਰ ਸੀ ਅੱਛਾ ਜੀ ਅਸੀਂ ਕਿਹਾ ਤੂੰ ਨਹੀਂ ਗਿਆ ਕਹਿੰਦਾ ਜੀ ਸਾਡਾ ਤਾਂ ਇੱਦਾਂ ਹੋ ਗਿਆ ਕਿੱਦਾਂ ਮੈਂ ਗਿਆ ਕਹਿੰਦਾ ਸਾਡੇ 7-8 ਡੱਬਰ ਚਲੇ ਗਿਆ ਹਾਂਜੀ ਸਾਡਾ ਬਜ਼ੁਰਗ ਕਹਿੰਦਾ ਮੈਂ ਨਹੀਂ ਜਾਣਾ ਜਾਓ ਤੁਸੀਂ ਅੱਛਾ ਸਾਰਾ ਡੱਬਰ ਤਿਆਰ ਹੋ ਗਈ ਪਾਕਿਸਤਾਨ ਚਲ ਗਿਆ ਅਤੇ ਉਹਨਾਂ ਦੇ ਬਾਪ ਨੇ ਮਨਾ ਕਰਤਾ ਮੈਂ ਪਾਕਿਸਤਾਨ ਨਹੀਂ ਜਾਣਾ ਉਹਨਾਂ ਕਹਿੰਦੇ ਮੈਂ ਜਾਣਾ ਹੀ ਨਹੀਂ ਜਾਓ ਤੁਸੀਂ ਜਾਓ ਅੱਛਾ ਫਿਰ ਗਿਆ ਮੇਰੇ ਕੈਂਪ ਜਾ ਕੇ ਰੁਕ ਗਿਆ ਉਹ ਅੱਛਾ ਮੇਰੇ ਕੈਂਪ 'ਚ ਜਾ ਕੇ ਸਾਰਾ ਪਰਿਵਾਰ ਠਹਿਰ ਗਿਆ ਹਾਂ ਅਤੇ ਫਿਰ ਅਤੇ ਉਹ ਦੋ ਤੀਏ ਦਿਨ ਚੇਤਾ ਯਾਰ ਬੁੜੇ ਦਾ ਹਾਲ ਚਾਲ ਪਤਾ ਲਈਏ ਉਹ ਜੀਤ ਕਹਿੰਦਾ ਕਿ ਮੈਂ ਆ ਗਿਆ ਦੇਖਣ ਮੈਂ ਕਿਹਾ ਮੈਂ ਜਾਣਾ ਵੀ ਜੀਤ ਆਪਣੇ ਦੋ ਦਿਨ ਉਹਨਾਂ ਦੇ ਕਹਿੰਦੇ ਜੀ ਆਪਣੇ ਬਾਪੂ ਦਾ ਹਾਲ ਚਾਲ ਪੁੱਛਾਉਂਦੇ ਹਾਂ ਵੀ ਕੀ ਹਾਲ ਅੱਛਾ ਗਿਆ ਦੇਖੇ ਦੇ ਬਾਪੂ ਬੜਾ ਖੁਸ਼ ਅੱਛਾ ਜੀ ਅਤੇ ਉਹ ਜੇ ਆਏ ਤੇ ਉਹ ਜੀ ਕਹਿੰਦਾ ਚੱਲ ਫਿਰ ਬਾਪੂ ਮੈਂ ਵੀ ਨਹੀਂ ਜਾਣਾ ਜੇ ਉਹ ਬਾਪ ਨੂੰ ਦੇਖਣ ਆਇਆ ਉਹ ਵੀ ਰਹਿ ਗਿਆ ਇੱਥੇ ਉਹ ਕਹਿੰਦਾ ਮੈਂ ਨਹੀਂ ਜਾਣਾ ਉਹਦਾ ਫਿਰ ਟਾਂਡੇ ਲੱਗ ਗਏ ਪਿੰਡ ਉੱਥੇ ਦੀ ਸ਼ਾਦੀ ਹੋ ਗਈ ਅੱਛਾ ਜੀ ਗਾਂ ਦਾ ਪਰਿਵਾਰ ਹੋ ਗਿਆ ਅਤੇ ਚਾਹੀਦਾ ਟਾਈਮ ਤਾਂ ਫਿਰ ਜ਼ਮੀਨਾਂ ਨੂੰ ਵੀ ਕਿਸੇ ਲੋੜ ਪੈਣੀ ਉਹਨੂੰ ਸਾਧਣ ਕੰਮ ਕਰਨ ਕੰਮ ਕਰ ਦੇਣਾ ਤੁਹਾਡਾ ਕਹਿਣਾ ਮੈਂ ਆਪਾਂ ਕਿੰਨੇ ਪਰਿਵਾਰ ਹੈ ਅੱਜ ਵੀ ਉੱਥੇ ਆਪਣੇ ਵੀ ਉੱਥੇ ਕਾਫੀ ਪਰਿਵਾਰ ਹੈ ਭਰਾਈਆਂ ਦਾ ਪਰਿਵਾਰ ਕਾਫੀ ਜਿਹੜੇ ਬਾਜੇ ਵਾਲੇ ਉੱਥੇ ਹੁਣ ਤੋਂ ਅੱਛੇ ਮੁੰਡੇ ਬਾਜੇ ਵਾਲੇ ਅੱਛੇ ਛੱਡਦਾ ਕੰਮ ਨਹੀਂ ਅੱਛਾ ਕੋਈ ਦੁਬਈ ਚਲੇ ਗਿਆ ਕੁਛ ਨਹੀਂ ਇੱਕ ਦਰਜੀ ਦੁਕਾਨਾਂ ਤੋਂ ਮਰ ਪਾ ਲਈ ਹੋ ਰਹੇ ਵੀ 15-20 ਮਕਾਨ ਪਰਿਵਾਰ ਹੈਗੇ ਹੁਣੇ ਲਾਉਣੇ ਆ ਜ਼ਿਆਦਾ ਘੱਟ ਥੋੜ੍ਹੇ ਤੋਂ ਦੇਖੋ ਜੀ ਉਦੋਂ ਅਸੀਂ ਉਦੋਂ ਦੇ 4-5 ਆਉਣਗੇ ਉਹ ਤਾਂ 15-20 ਦੇ ਹੋਣੇ ਸੌਖੀ ਗੱਲ ਹੈ ਅੱਛਾ ਹਾਂਜੀ 15-20 ਮੁਸਲਮਾਨ ਵੀਰਾਂ ਦੇ ਪਰਿਵਾਰ ਹੈਗੇ ਆ ਬੜੇ ਚੰਗੇ ਤੇ ਰਹਿੰਦੇ ਬੜੇ ਆਨੰਦ ਲੈਂਦੇ ਹੋ ਅੱਛਾ ਜੀ ਬੜੀ ਚੰਗੀ ਗੱਲ ਹੈ ਅੰਕਲ ਜੀ ਇਹ ਦੱਸੋ ਵੀ ਦੋਨਾਂ ਪਾਸੇ ਵੱਢ ਵਡੰਗਾ ਬਹੁਤ ਹੋਇਆ ਸਾਰੇ ਅਖਬਾਰਾਂ 'ਚ ਵੀਡੀਓ ਸਾਰਿਆਂ ਨੂੰ ਪਤਾ ਤੁਸੀਂ ਸਹੀ ਸਲਾਮਤ ਪਹੁੰਚ ਗਏ ਆ ਤੁਸੀਂ ਕਰਮ ਵਾਲੇ ਸੀਗੇ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਵੱਡਾ ਕਾਫਲਾ ਸੀਗਾ ਪਰ ਇਹ ਵੱਢ ਵਡੰਗ ਦਾ ਕਾਰਨ ਕੀ ਸੀ ਤੁਸੀਂ ਪੜ੍ਹੇ ਲਿਖੇ ਆ ਤੁਹਾਨੂੰ ਜ਼ਿਆਦਾ ਪਤਾ ਹੋਊ ਰੋਟੀ ਸਾਹਿਬ ਮੈਂ ਇਹਦੇ ਬਾਰੇ ਹੈ ਨਾ ਜਿੰਨੀ ਵੀ ਕਿਸੇ ਇਤਿਹਾਸਕਾਰ ਸੈਂ
ਲਿਖਿਆ, ਬੁੱਕ ਲਿਖੀ ਆ, ਮੈਂ ਉਹ ਪੜ੍ਹੀ ਆ। ਹਾਂਜੀ, ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਕਿਉਂ ਹੋਇਆ, ਕਿਉਂ ਹੋਇਆ। ਹਾਂਜੀ, ਬੇਸ਼ੱਕ ਕਿਉਂ, ਮੈਂ ਅਖੀਰ ਨਹੀਂ ਦੇਖਿਆ ਕੁਛ ਵੀ ਪੜ੍ਹ ਹੁੰਦਾ। ਹਾਂਜੀ, ਲੇਕਿਨ ਜੋ ਸੁਣਿਆ ਉਹ ਦੇਖਿਆ, ਉਹਦੇ ਬਾਰੇ ਜੋ ਕਿਤਾਬਾਂ ਲਿਖਿਆ ਮਿਲਦਾ, ਉਹ 'ਚ ਇਹੋ ਹੀ ਦੋ ਤਿੰਨ ਗੱਲਾਂ ਲਿਖੀਆਂ ਉਹਨੇ। ਇੱਕ ਤਾਂ ਲਿਖਿਆ ਕਿ ਜਿਹੜਾ ਮੌਕੇ 'ਤੇ ਪ੍ਰਬੰਧ ਚੱਲਦਾ ਸੀ, ਹਾਂਜੀ, ਸਾਡੇ ਲੋਕ ਇੱਥੇ ਜਿੱਥੇ ਸਾਡੇ ਲੋਕਾਂ ਦਾ ਪ੍ਰਬੰਧ ਸੀਗਾ, ਚਾਹੇ ਹਿੰਦੂ ਸੀ ਜਾਂ ਸਿੱਖ ਸੀ ਜਾਂ ਮੁਸਲਮਾਨ ਪ੍ਰਬੰਧ ਸੀ, ਹਾਂਜੀ ਹਾਂਜੀ, ਉੱਥੇ ਨੁਕਸਾਨ ਘੱਟ ਹੋਇਆ। ਜਿੱਥੇ ਗੋਰਿਆਂ ਨੇ ਪ੍ਰਬੰਧ ਸੁਸਤੀ ਕਰਤੀ, ਹਾਂਜੀ, ਉੱਥੇ ਨੁਕਸਾਨ ਜ਼ਿਆਦਾ ਹੋਇਆ। ਜਿੱਥੇ ਗੋਰਿਆਂ ਦੇ ਅਫਸਰ ਲੱਗੇ ਸੀਗੇ ਉੱਥੇ ਨੁਕਸਾਨ ਜ਼ਿਆਦਾ ਹੋਇਆ, ਜਿੱਦਾਂ ਡੀਸੀ ਕਹਿ ਲਓ, ਡੀਸੀ ਹਾਂਜੀ, ਜਿਹੜੇ ਪ੍ਰਬੰਧ ਸੀ ਇੰਚਾਰਜ ਦੀ, ਹਾਂਜੀ, ਉੱਥੇ ਜ਼ਿਆਦਾ ਨੁਕਸਾਨ ਹੋਇਆ। ਅੱਛਾ ਅੱਛਾ, ਇਹ ਗੱਲ ਤਾਂ ਇਹ ਦੱਸਦੇ ਆ। ਹਾਂਜੀ, ਦੂਜੀ ਇਹ ਦੱਸਦੇ ਆ ਕਿ ਜਿਹੜੇ ਜਿਹੜੀ ਬਦਲੀ ਕੀਤੀ ਆ, ਬਹੁਤ 3 ਮਹੀਨੇ ਸਮਾਂ ਕੱਢਿਆ। ਬਦਲੀ ਕਿਹੜੀ ਕੀਤੀ? ਜਨਤਾ ਦੀ। ਅੱਛਾ ਜੀ, ਉਹ ਸਮਾਂ ਘੱਟ ਸੀ, 3 ਮਹੀਨੇ ਦਾ। 3 ਮਹੀਨੇ ਸਮਾਂ ਸੀ, ਜਿਹੜੀ ਕਿ ਘੱਟੋ ਘੱਟ 1 ਸਾਲ ਚਾਹੀਦਾ ਸੀ। ਅੱਛਾ ਜੀ, ਇੱਕ ਤੀਜੀ ਗੱਲ ਹੈ, ਜਿਹੜੇ ਅੰਪਲਾਈ ਜਿਹੜੇ ਅੰਪਲਾਈ ਸੀ, ਚਾਹੇ ਕੋਈ ਰੇਲਵੇ ਦਾ ਸੀ, ਕੋਈ ਨਹਿਰ ਦਾ ਸੀ, ਹਾਂਜੀ ਹਾਂਜੀ, ਕੋਈ ਪੁਲਿਸ ਦਾ ਸੀ, ਕੋਈ ਹੋਰ ਕਿਸੇ ਮਹਿਕਮੇ ਦਾ ਸੀ, ਉਹਨਾਂ ਦੀ ਬਦਲੀਆਂ ਦੋਹਾਂ ਪਾਸਿਆਂ ਤੋਂ ਪਹਿਲਾਂ ਹੋ ਗਈਆਂ। ਅੱਛਾ, ਆਪਣੇ ਵੀ ਜਿਹੜਾ, ਚਲੋ ਫੌਜੀ ਵੀ ਲਾ ਲਓ, ਪੁਲਿਸ ਵਾਲੇ ਵੀ ਲਾ ਲਓ, ਪਟਵਾਰੀ ਵੀ ਲਾ ਲਓ, ਨਹਿਰ ਵਾਲੇ ਵੀ ਲਾ ਲਓ, ਸਾਰੇ ਰੇਲਵੇ, ਉਹਨਾਂ ਦੀਆਂ ਬਦਲੀਆਂ ਪਹਿਲਾਂ ਹੀ ਕਰਤੀਆਂ। ਪਹਿਲਾਂ ਉਹ ਲੋਕ ਸ਼ਿਫਟ ਹੋ ਗਏ, ਅਗਲੇ ਲੋਕ ਉੱਥੇ ਮੌਕੇ 'ਤੇ ਆ ਜਾਂਦੇ, ਇਹ ਪ੍ਰਬੰਧ ਵਿੱਚ ਸ਼ਾਇਦ ਮਤ ਕਰਦੇ, ਮਤ ਕਰਦੇ ਕਿ ਇੰਨਾ ਨੁਕਸਾਨ ਨਾ ਹੁੰਦਾ, ਇਹਦੇ ਆਉਣਾ ਕਈਆਂ ਨੂੰ ਤਕਲੀਫ ਹੋਈ ਹੋਊ ਜ਼ਰੂਰ, ਉਹਨੇ ਆ ਕੇ ਤਕਲੀਫ ਥੋੜ੍ਹੀ ਨੂੰ ਜ਼ਿਆਦਾ ਕਰਕੇ ਦੱਸਿਆ, ਅਤੇ ਜਿੱਥੋਂ ਗੱਲ ਲੋਕਾਂ ਮਨ 'ਚ ਰੋਹ ਪੈਦਾ ਹੋਇਆ। ਜਿਹੜਾ ਵੀ ਬਦਲੀਆਂ ਹੋਈਆਂ, ਉਹਨਾਂ ਨੂੰ ਤਕਲੀਫ ਹੋਈ, ਉਹਨਾਂ ਨੇ ਵੱਧ ਚੜਾ ਕੇ ਗੱਲਬਾਤ ਕੀਤੀ, ਤਾਂ ਲੋਕਾਂ ਦਾ ਮਨ ਔਖਾ ਹੋਇਆ, ਉਹਨਾਂ ਗੁੱਸਾ ਆਇਆ ਵੀ ਇਹ ਕਿਉਂ ਹੋਇਆ, ਇਹ ਵੀ ਕਾਰਨ ਹੋ ਸਕਦਾ। ਹਾਂਜੀ, ਇਹ ਕਿਤਾਬਾਂ ਦੀ ਚੀਜ਼ ਮਿਲਦੀ ਆ, ਔਰ ਮੈਂ ਆਖੀ ਕੋਈ ਨਹੀਂ ਇਹਦਾ ਦੇਖੀ ਕਿ ਮੇਰੇ ਹਾਲੀ ਕੋਈ ਹੋਇਆ ਹੋਵੇ। ਹਾਂਜੀ, ਅੰਕਿਤ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਪੰਜਾਬੀ ਲੈ ਟੀਮ ਵੱਲੋਂ, ਲਵਲੀ ਵੱਲੋਂ, ਢਿੱਲੋਂ ਵੱਲੋਂ, ਸਾਡਾ ਤੁਹਾਨੂੰ ਜੀ ਬਹੁਤ ਬਹੁਤ ਸਤਿਕਾਰ, ਟਾਈਮ ਕੱਢਿਆ। ਢਿੱਲੋਂ ਸਾਹਿਬ ਬਾਰੇ ਅਤੇ ਲਵਲੀ ਸਿੰਘ ਬਾਰੇ ਤੁਹਾਡਾ ਕੀ ਵਿਚਾਰ ਹੈ? ਸਾਡੇ ਮੇਰੇ ਛੋਟੇ ਵੀਰ ਕਿੱਦਾਂ ਕੰਮ ਕਰਦੇ ਆ? ਢਿੱਲੋਂ ਸਾਹਿਬ ਵੀ ਜਿਸ ਤਰੀਕੇ ਨਾਲ ਇੰਟਰਵਿਊ ਕਰਦਾ ਨਾ, ਹਾਂਜੀ, ਉਹਦੀ ਟਾਂਗ ਜਿਹਨੂੰ ਕਹਿੰਦੇ ਆ, ਹਾਂਜੀ, ਬੋਲਦਾ ਟਾਂਗ ਆ, ਹਾਂਜੀ, ਬਹੁਤ ਮਿੱਠਾ ਔਰ ਲੈ ਕੇ ਬੰਦਾ ਉਹ, ਪਰਮਾਤਮਾ ਉਹਨੂੰ ਜ਼ਿੰਦਗੀ ਬਖਸ਼ੇ, ਇਹਦੇ ਸੇਵਾ ਕਰਦਾ ਰਹੇ ਤਾਂ ਕਿ ਬਾਕੀਆਂ ਨੂੰ ਕੋਈ ਸੇਧ ਮਿਲ ਸਕੇ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਆਪਣੇ ਢਿੱਲੋਂ ਸਾਹਿਬ ਸੁਣਿਆ, ਦੇਖੋ ਅੰਕਲ ਜੀ ਤੁਹਾਡੇ ਪੂਰੇ ਫੈਨ ਆ, ਮੈਂ ਤੁਹਾਡਾ ਸਤਿਕਾਰ ਕਰ, ਤੁਹਾਡੀ ਲੰਬੀ ਉਮਰ ਮੰਗਦੇ ਆ, ਵੀ ਇਹ ਮੁੰਡੇ ਦੀ ਉਮਰ ਇੱਦਾਂ ਪਰਮਾਤਮਾ ਸੇਵਾ ਕਰਦਾ ਰਹੇ। ਥੈਂਕ ਯੂ ਅੰਕਲ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ।